ਉਹੀ ਸੋਸ਼ਲ ਮੀਡੀਆ ਨੇ ਕੁਝ ਦਿਨਾਂ ਦੇ ਅੰਦਰ ਕੁੜੀ ਨੂੰ ਇਸ ਤੱਕ ਪਹੁੰਚਾਤਾ, ਉਹਦੇ ਕੋਲ ਲੱਖਾਂ ਰੁਪਇਆ ਇਕੱਠਾ ਹੋਣ ਲੱਗ ਗਿਆ। ਹਾਲਾਂਕਿ ਉਹੀ ਸੋਸ਼ਲ ਮੀਡੀਆ ਅੱਜ ਉਸ ਕੁੜੀ ਦੇ ਖਿਲਾਫ ਬੋਲ ਰਿਹਾ। ਹੁਣ ਮਾੜਾ ਕਿਹਨੇ ਬਣਾਇਆ ਤੁਸੀਂ? ਤੁਸੀਂ ਉਹਦੇ ਕਿਉਂ ਉਹ ਕੀਤਾ? ਤੁਹਾਡੇ ਹੱਕ ਨਹੀਂ ਬਣਦਾ ਸੀ ਪੜਤਾਲ ਕੀਤੀ ਜਾਵੇ? ਅੱਜ ਉਸੇ ਸੋਸ਼ਲ ਮੀਡੀਆ ਦੇ ਉੱਤੇ ਉਹੀ ਚੰਦ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵਾਹ ਵਾਹ ਕੀਤੀ ਸੀ, ਉਹੀ ਚੰਦ ਲੋਕ ਅੱਜ ਉਹਦੇ ਐਂਟੀ ਪੋਸਟਾਂ ਪਾ ਰਹੇ ਨੇ। ਆਦੀ ਤਮਾਸ਼ੇ ਦੇ ਹੋ ਗਏ, ਦੇਖਣ ਦੇ, ਤਮਾਸ਼ਾ ਬਣਾਉਣ ਦੇ, ਕਿਸੇ ਦੇ ਘਰ ਦੇ ਲੱਗੀ ਅੱਗ ਦੇ ਉੱਤੇ ਜਾ ਕੇ ਤੇਲ ਪਾ ਕੇ ਅਸੀਂ ਭਾਂਬੜ ਹੋਰ ਬਣਾਉਣੇ ਆ। ਉਧਰ ਪਿਓ ਇਲਜ਼ਾਮ ਲਾਈ ਜਾਂਦਾ, ਉਧਰ ਉਹਦੀ ਦਾਦੀ ਆ ਕੇ ਕੌਣ ਆ ਉਹ ਇਲਜ਼ਾਮ ਲਾਈ ਜਾਂਦੀ ਆ, ਉਹਦੀ ਮਾਂ ਤੇ ਇਲਜ਼ਾਮ ਲਾਈ ਜਾਂਦੀ ਜੀ ਉਹ ਤਾਂ ਆਹ ਹਰਕਤਾਂ ਕਰਦੀ ਸੀ ਕਰਦੀ ਸੀ। ਯਾਰ ਕੀ ਹੋ ਕੀ ਰਿਹਾ? ਰਹਿਣਾ ਤਾਂ ਉਸੇ ਸਮਾਜ ਦੇ ਅੰਦਰ ਆ ਨਾ ਯਾਰ, ਐਡੀ ਧੀ ਧਿਆਣੀ ਕੁੜੀ ਆ, ਉਹਦੀ ਇੱਜ਼ਤ ਬਾਰੇ ਕੀ ਲੋਕ ਸੋਚਣਗੇ, ਕੀ ਛਵੀ ਕੀ ਜਾ ਰਹੀ ਆ? ਅਸੀਂ ਆਪਦੀ ਬਰਬਾਦੀ ਆਪ ਕਰਨ ਦੇ ਉੱਤੇ ਤੁਲੇ ਹੋਏ ਆ ਯਾਰ, ਅਸੀਂ ਖੁਦ ਆਪਣੀ ਨਿੰਦਿਆ ਕਰ ਰਹੇ ਹਾਂ, ਖੁਦ ਆਪਣੇ ਆਪ ਨੂੰ ਨੀਵਾਂ ਦਿਖਾ ਰਹੇ ਹਾਂ। ਇੱਕ ਪਾਸੇ ਤੁਸੀਂ ਕੱਲ ਤੱਕ ਉਹਨੂੰ ਚੰਗਾ ਕਹੀ ਜਾਂਦੇ ਸੀ, ਅੱਜ ਤੁਸੀਂ ਉਹਨੂੰ ਮਾੜਾ ਕਹਿਣ ਲੱਗ ਗਏ, ਕਿਰਦਾਰ ਤੁਸੀਂ ਆਪ ਹੀ ਉਹ ਕਰਨ ਲੱਗ ਗਏ। ਪਿਓ ਮਾਂ ਤੇ ਇਲਜ਼ਾਮ ਲਾਈ ਜਾਂਦਾ, ਮਾਂ ਧੀ ਪਿਓ ਤੇ ਇਲਜ਼ਾਮ ਲਾਈ ਜਾਂਦੇ ਆ, ਸਮਝ ਨਹੀਂ ਉਹਦੀ ਹੋਈ ਕੀ ਜਾਂਦਾ ਗਾ। ਜਿਹੜੀਆਂ ਬੈਡਰੂਮ ਤੱਕ ਜਿਹੜੇ ਕੈਮਰੇ ਜਾਵੜੇ, ਬਾਥਰੂਮਾਂ ਤੱਕ ਕੈਮਰੇ ਜਾਵੜੇ, ਇਹਨਾਂ ਨੇ ਜਿਹੜੀ ਸੋਸ਼ਲ ਮੀਡੀਆ ਨੇ ਜਿਹੜੀ ਬੰਦੇ ਦੀ ਪ੍ਰਾਈਵੇਸੀ ਸੀਗੀ ਉਹਨੂੰ ਬਿਲਕੁਲ ਖਤਮ ਕਰਕੇ ਰੱਖਤਾ। ਕੱਲ ਨੂੰ 2-4 ਮਹੀਨਿਆਂ ਬਾਅਦ ਕਿਸੇ ਨੇ ਮਗਰ ਨਹੀਂ ਖੜਨਾ ਜਿੱਦੇ ਵਿਊ ਉਹਨੂੰ ਹਟ ਗਏ, ਬਿਲਕੁਲ ਜਿੰਨਾ ਟਾਈਮ ਵਿਊ ਆਉਂਦਾ ਉਹਨਾਂ ਟਾਈਮ ਹੀ ਵਾਹ ਵਾਹ ਥੋੜਾ ਸਮਾਂ ਚੱਲਦਾ, ਬਾਅਦ 'ਚ ਫਿਰ ਉਸ ਕੁੜੀ ਨੂੰ ਉਹੀ ਕੰਮ ਦੁਬਾਰਾ ਫਿਰ ਕਰਨਾ ਹੀ ਪੈਣਾ ਚਾਹ ਵਾਲਾ ਤਾਂ। ਉਹੀ ਪਿਓ ਨੇ ਬਾਂਹ ਫੜਨੀ ਆ, ਬਿਲਕੁਲ ਉਸੇ ਘਰੇ ਜਾਣਾ ਪੈਣਾ, ਉਸੇ ਪਿਓ ਦੇ ਮੱਥੇ ਲੱਗਣਾ ਪੈਣਾ, ਉਸੇ ਪਿਓ ਨੂੰ ਆਪਦੀ ਘਰਵਾਲੀ ਦੇ ਮੱਥੇ ਲੱਗਣਾ ਪੈਣਾ। ਅੱਜ ਤੁਸੀਂ 5-7 ਲੱਖ ਰੁਪਇਆ, 10 ਲੱਖ ਰੁਪਇਆ ਇਕੱਠਾ ਹੋ ਜਾਊਗਾ, ਪਰ ਇੱਜ਼ਤ ਨਹੀਂ ਦੁਬਾਰੇ ਮਿਲਣੀਗੀ। ਇਹੀ ਲੋਕ ਕੱਲ੍ਹ ਨੂੰ ਤੁਹਾਡੇ ਮੂੰਹਾਂ 'ਤੇ ਹੱਸਣਗੇ ਕਿ ਉਹੀ ਕੁੜੀ ਆ ਜਿਹੜੀ ਆਪਦੇ ਪਿਓ 'ਤੇ ਇਲਜ਼ਾਮ ਲਾਉਂਦੀ ਸੀਗੀ, ਇਹ ਗੱਲ ਕਹਿਣਗੇ, ਇਹ ਉਹੀ ਬੰਦਾ ਜਿਹੜਾ ਆਪਦੀ ਘਰਵਾਲੀ ਨੂੰ ਜਿਹੜਾ ਕਰੈਕਟਰਲੈਸ ਦੱਸਦਾ ਸੀਗਾ। ਰਾਜਦੀਪ ਜੀ, ਚਾਹ ਵਾਲੀ ਕੁੜੀ ਅੱਜ ਕੱਲ੍ਹ ਬੜੀ ਵਾਇਰਲ ਹੋ ਰਹੀ ਹੈ, ਚਰਚਾ ਬੜੀ ਛਿੜੀ ਹੋਈ ਹੈ। ਪਹਿਲਾਂ ਇਹ ਚਰਚਾ ਛਿੜੀ ਕਿ ਉਹ ਕੁੜੀ ਮਜਬੂਰ ਹੈ, ਪਿਓ ਨਸ਼ੇ ਕਰਦਾ, ਕੁੜੀ ਨੇ ਬਿਆਨ ਦਿੱਤਾ ਸੀਗਾ। ਉਸ ਤੋਂ ਬਾਅਦ ਮੰਨਾ ਹੁਣੇ ਜਾ ਕੇ ਉੱਥੇ 1 ਲੱਖ ਰੁਪਇਆ ਦਿੰਦੇ ਨੇ, ਪੈਸਾ ਜਦੋਂ ਆ ਜਾਂਦਾ ਵਿੱਚ ਤਾਂ ਫਿਰ ਹੋਰ ਰਿਸ਼ਤੇਦਾਰ ਜਾਂ ਜਿਹੜੇ ਸਕੇ ਸੰਬੰਧੀ ਨੇ ਜਾਂ ਜਿਸ ਪਿਓ ਦੀ ਕੁੜੀ ਨੇ ਗੱਲ ਕੀਤੀ ਸੀ ਕਿ ਨਸ਼ੇ ਕਰਦਾ, ਡੈਥ ਹੋ ਗਈ ਹੈ, ਮੌਤ ਹੋ ਗਈ ਹੈ, ਅਤੇ ਉਹ ਪਿਓ ਸਾਹਮਣੇ ਆ ਗਿਆ, ਹੁਣ ਉਹ ਕਹਾਣੀ ਕੁਝ ਹੋਰ ਮੋੜ ਲੈ ਗਈ ਹੈ। ਬਿਲਕੁਲ ਭਗਤਾ ਜੀ, ਇਹ ਕਹਾਣੀ ਬੜੀ ਨਾ ਗੁੰਝਲਦਾਰ ਜੀ ਹੋ ਗਈ, ਅਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਕਹਾਣੀ ਆ ਇਹਦਾ ਜਿਹੜਾ ਵੱਡਾ ਕਾਰਨ ਆ, ਜਿਹੜਾ ਵੱਡਾ ਜ਼ਿੰਮੇਵਾਰ ਹੈਗੇ ਨੇ, ਉਹ ਨਾ ਤਾਂ ਉਹ ਕੁੜੀ ਆ ਨਾ ਹੀ ਉਹ ਪਿਓ ਆ, ਇਹ ਦੋਨੇ ਜ਼ਿੰਮੇਵਾਰ ਨੇ, ਇਹ ਕਹਾਣੀਆਂ ਸੁਣਾਉਣ ਵਾਲੇ ਜ਼ਿਆਦਾ ਜ਼ਿੰਮੇਵਾਰ। ਇਹ ਤੇ ਸਭ ਤੋਂ ਵੱਡੇ ਜ਼ਿੰਮੇਵਾਰ ਸੋਸ਼ਲ ਮੀਡੀਆ ਹੈਗਾ, ਉਸ ਤੋਂ ਵੱਧ ਜ਼ਿੰਮੇਦਾਰ ਸਾਡਾ ਮੀਡੀਆ ਭਾਈਚਾਰਾ ਹੈਗਾ, ਕਿਉਂਕਿ ਬਿਨਾਂ ਜਦੋਂ ਕਿਸੇ ਚੀਜ਼ ਦੀ ਖੋਖ ਕੀਤੇ ਤੋਂ ਅਸੀਂ ਕਿਸੇ ਚੀਜ਼ ਦਾ ਵੱਲ ਹਾਂ ਦਾ ਨਾਰਾ ਮਾਰਾਂਗੇ, ਉਦੋਂ ਆਈ ਹੁੰਦਾ ਸਿਰਫ ਵਿਊਆਂ ਦਾ ਚੱਕਰ ਹੈ ਨਾ ਜੀ। ਬਿਲਕੁਲ ਵਿਊਆਂ ਦਾ ਚੱਕਰ ਹੈ ਕਿ ਅਸੀਂ ਕਈ ਵਾਰੀ ਕਹਾਣੀ ਹੁੰਦੀ ਨਹੀਂ, ਉਸ ਕਹਾਣੀ ਨੂੰ ਬਣਾ ਦਿੰਦੇ ਹਾਂ ਕਿ ਅਸੀਂ ਐਂ ਬਣਾਉਣੇ ਆ ਤਾਂ ਤੇਰਾ ਕੰਮ ਵੀ ਚੱਲ ਪਊ। ਭਗਤਾ ਜੀ, ਤੁਸੀਂ ਮੇਰੇ ਤੋਂ ਬਹੁਤ ਸੀਨੀਅਰ ਹੋ, ਤੁਸੀਂ ਲੰਬੇ ਸਮੇਂ ਤੋਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ, ਤੁਸੀਂ ਦੇਖਿਆ ਜਦੋਂ ਪਹਿਲਾਂ ਪੱਤਰਕਾਰੀ ਹੁੰਦੀ ਸੀਗੀ ਪੱਤਰਕਾਰਤਾ, ਉਦੋਂ ਖੋਖ ਕੀਤੀ ਜਾਂਦੀ ਸੀ, ਪੜਤਾਲ ਕੀਤੀ ਜਾਂਦੀ ਸੀ, ਦੋਨੇ ਪੱਖ ਦਿਖਾਏ ਜਾਂਦੇ ਸੀ। ਪਰ ਅੱਜ ਕੀ ਹੋ ਰਿਹਾ? ਅੱਜ ਹੋ ਰਿਹਾ ਸਿਰਫ ਵਿਊਸ਼ਿਪ ਦੀ ਦੌੜ ਆ, TRP ਦੇ ਪਿੱਛੇ ਭੱਜ ਰਹੇ ਆ, ਅੱਜ ਪੜਤਾਲ ਕੀਤੀ ਨਹੀਂ ਜਾ ਰਹੀ। ਜਿੱਦੇ ਉਹ ਕੁੜੀ ਨੇ ਇਲਜ਼ਾਮ ਲਾਏ ਸੀ, ਜਿੱਦੇ ਉਹ ਕੁੜੀ ਨੇ ਰੋ ਕੇ ਇਹ ਗੱਲ ਕਹੀ ਸੀ ਕਿ ਮੇਰਾ ਪਿਓ ਨਸ਼ੇੜੀ ਆ, ਮੇਰਾ ਪਿਓ ਮਰ ਗਿਆ, ਜਾਂ ਜੋ ਵੀ ਉਹਨੇ XYZ ਆਪਦੇ ਪਿਤਾ ਦੇ ਉੱਤੇ ਇਲਜ਼ਾਮ ਲਾਏ, ਉਹਦੇ ਪੱਤਰਕਾਰ ਦਾ ਜਿਹਨੇ ਇੰਟਰਵਿਊ ਕੀਤੀ ਉਹਦਾ ਹੱਕ ਨਹੀਂ ਬਣਦਾ ਸੀਗਾ ਜਾ ਕੇ ਵੀ ਉਹਦਾ ਪੱਖ ਲਿਆ ਜਾਵੇ, ਪਿਤਾ ਦੇ ਬਾਰੇ ਵੀ ਖੋਖ ਕੀਤੀ ਜਾਵੇ, ਪਿੰਡ ਦੇ ਵਿੱਚ ਹੋਰ ਕਿਤੋਂ ਪੁੱਛਗਿੱਛ ਕੀਤੀ ਜਾਵੇ। ਬਿਨਾਂ ਜਦੋਂ ਅਸੀਂ ਪੜਤਾਲ ਕੀਤੇ ਖਬਰਾਂ ਚੜਾ ਦਿੰਦੇ ਹਾਂ, ਉੱਥੋਂ ਸਾਡੇ ਸੋਸ਼ਲ ਮੀਡੀਆ ਵਾਲੇ ਜਿਹੜੇ ਪੇਜਸ ਹੈਗੇ ਨੇ, ਸਾਡੇ ਲੋਕ ਹੈਗੇ ਨੇ, ਕੁੜੀ ਦੀ ਮਦਦ ਕਰੋ ਜੀ, ਕੁੜੀ ਦੀ ਮਦਦ, ਪੰਜਾਬੀ ਸਾਨੂੰ ਸਾਥ ਦੇਣਾ ਚਾਹੀਦਾ, ਅਸੀਂ ਬਿਨਾਂ ਪੜਤਾਲ ਕੀਤੇ
ਜਿਹੜਾ ਅਧੂਰੀ ਜਾਣਕਾਰੀ ਕਹਿੰਦੇ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ। ਅੱਜ ਉਸੇ ਅਧੂਰੀ ਜਾਣਕਾਰੀ ਦਾ ਜਿਹੜਾ ਇਹ ਨਤੀਜਾ ਸਾਹਮਣੇ ਆ ਰਿਹਾ, ਅੱਜ ਉਹੀ ਪੱਤਰਕਾਰ ਜਾ ਕੇ ਉਸੇ ਨੂੰ ਉਲਟ ਸਵਾਲ ਕਰ ਰਹੇ ਯਾਰ, ਪਹਿਲੇ ਤੁਸੀਂ ਧਿਆਨ ਕਰ ਲਓ ਨਾ, ਕੁੜੀ ਨੂੰ ਇਸ ਤਰ੍ਹਾਂ ਬਣਾਤਾ ਜਿਵੇਂ ਇਹੀ ਬਹੁਤ ਵੱਡੀ ਮੁਜਰਮ ਹੁੰਦੀ ਹੈ। ਮਤਲਬ ਪੱਤਰਕਾਰ ਵੀ ਉਹਨੂੰ ਮਤਲਬ ਕਟਹਿਰੇ 'ਚ ਖੜਾ, ਜੱਜ ਵੀ ਅਸੀਂ ਹਾਂ, ਵਕੀਲ ਵੀ ਅਸੀਂ ਹਾਂ, ਤੇ ਤੁਹਾਨੂੰ ਸਜ਼ਾ ਵੀ ਅਸੀਂ ਸੁਣਾਵਾਂਗੇ। ਇਸ ਤਰ੍ਹਾਂ ਦੀ ਜਿਹੜੀ ਵਿਊਸ਼ਿਪ ਦੀ ਦੌਰ ਹੈ ਬਹੁਤ ਗਲਤ ਹੈ। ਬਿਲਕੁਲ, ਸਭ ਤੋਂ ਖਤਰਨਾਕ ਸੋਸ਼ਲ ਮੀਡੀਆ ਹੋ ਗਿਆ। ਅੱਜ ਸੋਸ਼ਲ ਮੀਡੀਆ ਦੀ ਪਾਵਰ ਦੇਖੋ, ਉਹੀ ਸੋਸ਼ਲ ਮੀਡੀਆ ਨੇ ਕੁਝ ਦਿਨਾਂ ਦੇ ਅੰਦਰ ਕੁੜੀ ਨੂੰ ਇਸੋ ਤੱਕ ਪਹੁੰਚਾਤਾ, ਉਹਦੇ ਕੋਲ ਲੱਖਾਂ ਰੁਪਇਆ ਇਕੱਠਾ ਹੋਣ ਲੱਗ ਗਿਆ। ਹਾਲਾਂਕਿ ਉਹੀ ਸੋਸ਼ਲ ਮੀਡੀਆ ਅੱਜ ਉਸ ਕੁੜੀ ਦੇ ਖਿਲਾਫ਼ ਬੋਲ ਰਿਹਾ। ਅੱਜ ਉਸੇ ਸੋਸ਼ਲ ਮੀਡੀਆ ਦੇ ਉੱਤੇ ਉਹੀ ਚੰਦ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵਾਹ ਵਾਹ ਕੀਤੀ ਸੀ, ਉਹੀ ਚੰਦ ਲੋਕ ਅੱਜ ਉਹਦੇ ਐਂਟੀ ਪੋਸਟਾਂ ਪਾ ਰਹੇ ਨੇ, ਅੱਜ ਉਹਨੂੰ ਮਾੜਾ ਕਹਿ ਰਹੇ ਨੇ। ਉਹਨੂੰ ਮਾੜਾ ਕਿਹਨੇ ਬਣਾਇਆ? ਤੁਸੀਂ ਰੋਲ ਬਣਾਉਂਦਾ ਹੁੰਦਾ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ, ਉਹ ਜਦੋਂ ਵਾਇਰਲ ਹੁੰਦਾ ਹੈਗਾ ਉਹਦੀ ਬੜੀ ਮਦਦ ਹੁੰਦੀ ਹੈ ਬਾਅਦ ਚ, ਕਿ ਮਾਂ ਛੱਡ ਕੇ ਚੱਲੀ ਗਈ, ਫਿਰ ਮਾਂ ਸਾਹਮਣੇ ਆ ਜਾਂਦੀ ਰਾਜਪੁਰੇ ਤੋਂ, ਫਿਰ ਮਾਂ ਦੇ ਵੱਲੋਂ ਇਧਰੋਂ ਬਿਆਨ ਆਉਂਦੇ, ਉਧਰੋਂ ਬੱਚੇ ਵੱਲੋਂ ਆਉਂਦੇ ਆ। ਅੱਜ ਉਹ ਮਾਂ ਪੁੱਤ ਦੋਨੇ ਕੰਮ ਕਰਦੇ ਨੇ ਇਕੱਠੇ, ਰੌਲਾ ਪੈਸਿਆਂ ਦਾ ਹੀ ਹੁੰਦਾ ਸਾਰਾ ਇਹ। ਅਸਲ ਚ ਨਾ ਜੀ, ਆਪਣੇ ਫਾਇਦੇ ਦੇ ਲਈ ਕਿਸੇ ਦੇ ਘਰ ਦਾ ਤਮਾਸ਼ਾ ਬਣਾ ਕੇ ਅਸੀਂ ਰੱਖ ਦਿੰਦੇ ਆ। ਅੱਜ ਸੋਸ਼ਲ ਮੀਡੀਆ ਇਹ ਹਾਲਾਤਾਂ ਦੇ ਉੱਤੇ ਉਤਰ ਆਇਆ, ਅੱਜ ਮੀਡੀਆ ਸਾਡਾ ਇਸ ਹਾਲਾਤਾਂ ਦੇ ਉੱਤੇ ਆਇਆ। ਜਿਵੇਂ ਪਹਿਲਾਂ ਵੀ ਮੈਂ ਕਈ ਵਾਰ ਗੱਲ ਕੀਤੀ ਹੈ ਕਿ ਅਸੀਂ ਤਾਂ ਸਿਵਿਆਂ ਤੋਂ ਵੀ ਅੱਜ ਪੈਸੇ ਦੇਖਦੇ ਹਾਂ, ਵੀ ਸਾਨੂੰ ਸਿਵਿਆਂ ਤੋਂ ਵੀ ਪੈਸੇ ਬਣ ਜਾਣ ਜੀ। ਅੱਜ ਹਾਲਾਤ ਸਾਡੇ ਇਹ ਹੋ ਚੁੱਕੇ ਨੇ, ਹੋ ਗਿਆ ਤਮਾਸ਼ਾ, ਆਦਿ ਤਮਾਸ਼ੇ ਦੇ ਹੋ ਗਏ, ਦੇਖਣ ਦੇ, ਤਮਾਸ਼ਾ ਬਣਾਉਣ ਦੇ, ਕਿਸੇ ਦੇ ਘਰ ਦੇ ਲੱਗੀ ਅੱਗ ਦੇ ਉੱਤੇ ਜਾ ਕੇ ਤੇਲ ਪਾ ਕੇ ਅਸੀਂ ਭਾਂਬੜ ਹੋਰ ਪਾਉਣੇ ਆ। ਹੁਣ ਤੁਸੀਂ ਇਸ ਦੇ ਵਿੱਚ ਹੋਰ ਦੇਖੋ ਕੀ ਰਿਹਾ ਗਾ। ਇੱਧਰ ਆਉਂਦੀ ਹੈ ਜੀ, ਕੁੜੀ ਦਾ ਇਲਜ਼ਾਮਾਂ ਤੋਂ ਬਾਅਦ ਪਿਤਾ ਦਾ ਵੱਡਾ ਬਿਆਨ, ਪਿਤਾ ਦਾ ਵੱਡਾ ਇੰਟਰਵਿਊ, ਉੱਧਰ ਪਿਓ ਇਲਜ਼ਾਮ ਲਾਈ ਜਾਂਦਾ, ਉੱਧਰ ਉਹਦੀ ਦਾਦੀ ਆ ਕਿ ਕੌਣ ਆ ਉਹ ਇਲਜ਼ਾਮ ਲਾਈ ਜਾਂਦੀ ਆ, ਉਹਦੀ ਮਾਂ 'ਤੇ ਇਲਜ਼ਾਮ ਲਾਈ ਜਾਂਦੇ ਜੀ, ਉਹ ਤਾਂ ਆਹ ਹਰਕਤਾਂ ਕਰਦੀ ਸੀ, ਇਹ ਕਰਦੀ ਸੀ। ਯਾਰ ਕੀ ਹੋ ਕੀ ਰਿਹਾ? ਰਹਿਣਾ ਤਾਂ ਉਸੇ ਸਮਾਜ ਦੇ ਅੰਦਰ ਆ ਨਾ ਯਾਰ, ਐਡੀ ਧੀ ਧਿਆਣੀ ਕੁੜੀ ਆ, ਉਹਦੀ ਇੱਜ਼ਤ ਬਾਰੇ ਕੀ ਲੋਕ ਸੋਚਣਗੇ, ਕੀ ਛਵੀ ਕੀ ਜਾ ਰਹੀ ਆ ਪੰਜਾਬੀਆਂ ਦੀ? ਅੱਜ ਇਸ ਚੀਜ਼ ਨੂੰ ਇੰਨਾ ਜ਼ਿਆਦਾ ਬੜਾਵਾ ਦਿੱਤਾ ਜਾ ਰਿਹਾ, ਪ੍ਰਮੋਟ ਕੀਤਾ ਜਾ ਰਿਹਾ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ, ਬਾਹਰਲੀਆਂ ਕੰਟਰੀਆਂ 'ਚ ਬੈਠੇ ਲੋਕ ਆ ਜਾਂ ਬਾਹਰਲੇ ਰਾਜਾਂ 'ਚ ਬੈਠੇ ਲੋਕ ਆ, ਪਹਿਲਾਂ ਹੀ ਪੰਜਾਬੀਆਂ ਦੇ ਐਡਾ ਮਜ਼ਾਕ ਉਡਾਇਆ ਜਾਂਦਾ, ਨਫ਼ਰਤ ਕੀਤੀ ਜਾਂਦੀ ਹੈ, ਅਤੇ ਜਦੋਂ ਉਹਨਾਂ ਦੇ ਮੂਹਰੇ ਇਹੋ ਜਿਹੀਆਂ ਵੀਡੀਓਆਂ ਜਾਂਦੀਆਂ, ਇਹੋ ਜਿਹਾ ਮਸਲਾ ਜਾਂਦਾ, ਤਾਂ ਫਿਰ ਕੀ ਮੈਸੇਜ ਕੀ ਜਾਊਗਾ? ਅਸੀਂ ਆਪਦੀ ਬਰਬਾਦੀ ਆਪ ਕਰਨ ਦੇ ਉੱਤੇ ਤੁਲੇ ਹੋਏ ਹਾਂ ਯਾਰ, ਅਸੀਂ ਖੁਦ ਆਪਣੀ ਨਿੰਦਿਆ ਕਰ ਰਹੇ ਹਾਂ, ਖੁਦ ਆਪਣੇ ਆਪ ਨੂੰ ਨੀਵਾਂ ਦਿਖਾ ਰਹੇ ਹਾਂ। ਅੱਜ ਤਾਂ ਇਹ ਹਾਲਾਤ ਹੋ ਗਏ ਨੇ। ਫਿਰ ਦੂਜੀ ਗੱਲ, ਮੈਂ ਜਿੱਦੇ ਪਹਿਲੇ ਦਿਨ ਜਿਸ ਵੀ ਬੰਦੇ ਨੇ ਉਸ ਕੁੜੀ ਦੇ ਹੱਕ 'ਚ ਪਾਈ ਯਾਰ, ਇਹ ਕੁੜੀ ਦੀ ਮਤ ਠੀਕ ਆ ਯਾਰ, ਸਾਡੇ ਅਸੀਂ ਇਸ ਗੱਲ ਤਾਂ ਕਹਿ ਸਕਦੇ ਹਾਂ ਵੀ ਤੁਸੀਂ ਲੰਘਦੇ ਟੱਪਦੇ ਬਈ, ਇਹਨਾਂ ਕੋਲ ਦੁਖੋ, ਇਹਨਾਂ ਤੋਂ ਆਪਦਾ ਸਮਾਨ ਵਗੈਰਾ ਜੋ ਕੁਝ ਵੀ ਸੇਲ ਕਰਦੇ ਹੋ ਲਓ, ਇਹਨਾਂ ਤੋਂ ਖਰੀਦਦਾਰੀ ਕਰੋ ਤਾਂ ਜੋ ਇਹਨਾਂ ਦੀ ਹੈਲਪ ਹੋ ਜੇ। ਪਰ ਯਾਰ ਜਿਹੜੇ ਬੰਦੇ ਦੇ ਹੱਥ ਪੈਰ ਸਲਾਮਤ ਆ, ਜਿਹੜੇ ਬੰਦੇ ਨੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ, ਉਹ ਕੋਈ ਨਿਆਣੇ ਹੈ ਨਹੀਂ, ਕੋਈ ਬਾਹਲੀ ਛੋਟੀ ਉਮਰ ਦੇ ਬੱਚੇ ਨਹੀਂ ਹੈਗੇ ਉਹ ਦੋਨੇ, ਠੀਕ ਆ, ਉਹਨਾਂ ਦੀ ਮਾਂ ਬਿਮਾਰ, ਉਹਨਾਂ ਨੂੰ ਇਲਾਜ ਦੀ ਲੋੜ ਆ, ਇਲਾਜ ਕਰਾਇਆ ਜਾ ਸਕਦਾ। ਪਰ ਜਿਸ ਤਰੀਕੇ ਦੇ ਨਾਲ ਯਾਰ ਹਵਾ ਚਲਾਈ ਗਈ, ਸੋਸ਼ਲ ਮੀਡੀਆ ਦੇ ਉੱਤੇ ਪੈਸਾ ਸਿੱਟਿਆ ਗਿਆ, ਉਹ ਕੀਤਾ ਗਿਆ, ਉਦੋਂ ਬਾਅਦ ਫਿਰ ਉਸੇ ਨੂੰ ਤੁਸੀਂ ਭੰਡਣ ਲੱਗ ਗਏ, ਫਿਰ ਇਹ ਕਿੱਧਰਲਾ ਹੋ ਗਿਆ? ਤਾਂ ਦੂਰੇ ਮਾਪਦੰਡ ਹੋ ਗਏ ਨਾ ਜੀ, ਇਹ ਤਾਂ ਦੋਗਲੀ ਨੀਤੀ ਹੋ ਗਈ। ਇੱਕ ਪਾਸੇ ਤੁਸੀਂ ਕੱਲ ਤੱਕ ਉਹਨੂੰ ਚੰਗਾ ਕਹੀ ਜਾਂਦੇ ਸੀ, ਅੱਜ ਤੁਸੀਂ ਉਹਨੂੰ ਮਾੜਾ ਕਹਿਣ ਲੱਗ ਗਏ। ਬਿਲਕੁਲ, ਕਿਰਦਾਰ ਤੁਸੀਂ ਆਪ ਹੀ ਉਹ ਕਰਨ ਲੱਗ ਗਏ, ਪਿਓ ਸਾਹਮਣੇ ਲਿਆਉਂਦਾ, ਪਿਓ ਮਾਂ 'ਤੇ ਇਲਜ਼ਾਮ ਲਾਈ ਜਾਂਦਾ, ਮਾਂ ਧੀ ਪਿਓ 'ਤੇ ਇਲਜ਼ਾਮ ਲਾਈ ਜਾਂਦੇ ਆ, ਸਮਝ ਨਹੀਂ ਉਹਦੀ ਹੋਈ ਕੀ ਜਾਂਦਾ ਗਾ। ਪਹਿਲਾਂ ਇਹ ਹੁੰਦਾ ਸੀ ਰਾਜਦੀਪ ਜੀ, ਜਦੋਂ ਪਹਿਲਾਂ ਇਸ ਤਰ੍ਹਾਂ ਦੇ ਕੋਈ ਰੌਲੇ ਪੈਂਦੇ ਹੁੰਦੇ ਸੀਗੇ ਨਾ ਪਿੰਡਾਂ ਦੇ ਵਿੱਚ, ਤਾਂ ਪੰਚਾਇਤ ਬੈਠਦੀ ਸੀ, ਪੰਜ ਬੰਦੇ ਬੈਠਦੇ ਸੀ, ਸੁਲਝਾ ਲੈਂਦੇ ਸੀ। ਹੁਣ ਤਾਂ ਮੈਨੂੰ ਲੱਗਾ ਕਿ ਸੋਸ਼ਲ ਮੀਡੀਆ ਹੀ ਪੰਚਾਇਤ ਬਣਿਆ ਬੈਠਾ,
ਕਿ ਇੱਕ ਚੀਜ਼ ਆਉਂਦੀ ਹੈ ਅਤੇ ਉੱਥੇ ਰੌਲਾ ਇੰਨਾ ਪਾ ਦਿੱਤਾ ਜਾਂਦਾ ਕਿ ਸਾਰੇ ਮੋਬਾਈਲ ਫੋਨ ਆਪਦੀਆਂ ਅੱਖਾਂ ਦੇ ਸਾਹਮਣੇ ਕਰ ਲੈਂਦੇ ਆ ਕਿ ਘਰੇ ਬੈਠੇ ਅਸੀਂ ਸਵਾਦ ਲਈਏ ਕਿਸੇ ਦੇ ਘਰੇ ਰੌਲਾ ਪਿਆ ਹੋਇਆ। ਬਿਲਕੁਲ ਭਗਤਾ ਜੀ, ਜਿੱਦਾਂ ਦਾ ਸੋਸ਼ਲ ਮੀਡੀਆ ਆਇਆ ਅਤੇ ਖਾਸ ਤੌਰ ਦੇ ਉੱਤੇ ਮੋਬਾਈਲ ਫੋਨ ਜਦੋਂ ਸਾਡੀ ਨਿੱਜੀ ਜ਼ਿੰਦਗੀ ਦੇ ਉੱਤੇ ਘਰ ਕੀਤਾ ਇਹਨਾਂ ਨੇ, ਉਦੋਂ ਤੋਂ ਸਾਡੀ ਜਿਹੜੀ ਨਿੱਜੀ ਲਾਈਫ ਉਹ ਡਿਸਟਰਬੈਂਸ ਹੋਈ ਆ। ਤੁਸੀਂ ਦੇਖੋ ਸਾਡੇ ਅੰਦਰੂਨੀ ਗੱਲਾਂ ਬਾਹਰ ਆਉਣ ਲੱਗ ਗਈਆਂ, ਅੰਦਰੂਨੀ ਵੀਡੀਓਆਂ ਸਾਡੀਆਂ ਜਿਹੜੀਆਂ ਬੈੱਡਰੂਮ ਤੱਕ ਜਿਹੜੇ ਕੈਮਰੇ ਜਾ ਵੜੇ, ਬਾਥਰੂਮਾਂ ਤੱਕ ਕੈਮਰੇ ਜਾ ਵੜੇ। ਇਹਨਾਂ ਨੇ ਜਿਹੜੀ ਸੋਸ਼ਲ ਮੀਡੀਆ ਨੇ ਜਿਹੜੀ ਬੰਦੇ ਦੀ ਪ੍ਰਾਈਵੇਸੀ ਸੀਗੀ ਉਹਨੂੰ ਬਿਲਕੁਲ ਖਤਮ ਕਰਕੇ ਰੱਖਤਾ ਜੀ। ਕੱਲ ਨੂੰ ਇਹ ਮੀਡੀਆ ਜਾਂ ਜਿਹੜਾ ਸੋਸ਼ਲ ਮੀਡੀਆ ਦੇ ਲੋਕ ਹੈਗੇ ਆ ਜਿਹੜੇ ਅੱਜ ਉਹਦੇ ਹੱਕ 'ਚ ਬੋਲਦੇ ਆ ਜਾਂ ਵਿਰੋਧ 'ਚ ਬੋਲਦੇ ਆ, ਉਹ ਕਰ ਰਹੇ ਆ, ਕੱਲ ਨੂੰ 2-4 ਮਹੀਨਿਆਂ ਬਾਅਦ ਕਿਸੇ ਦੇ ਮਗਰ ਨਹੀਂ ਖੜਨਾ ਜਿੱਦੇ ਵਿਊ ਉਹਨੂੰ ਹਟ ਗਏ। ਬਿਲਕੁਲ, ਜਿੰਨਾ ਟਾਈਮ ਵਿਊ ਆਉਂਦਾ ਉਹਨਾਂ ਟਾਈਮ ਹੀ ਇਹ ਵਾਹ ਹੁੰਦੀ ਆ, ਥੋੜਾ ਸਮਾਂ ਚੱਲਦਾ, ਬਾਅਦ 'ਚ ਫਿਰ ਉਸ ਕੁੜੀ ਨੂੰ ਉਹੀ ਕੰਮ ਦੁਬਾਰਾ ਫਿਰ ਕਰਨਾ ਹੀ ਪੈਣਾ, ਚਾਹ ਵਾਲਾ ਤਾਂ ਉਸੇ ਕੁੜੀ ਚਾਹ ਵਾਲਾ ਵੀ ਕਰਨਾ ਪੈਣਾ, ਉਹੀ ਪਿਓ ਨੇ ਬਾਂਹ ਫੜਨੀ ਆ। ਬਿਲਕੁਲ, ਉਸੇ ਘਰੇ ਜਾਣਾ ਪੈਣਾ, ਉਸੇ ਪਿਓ ਦੇ ਮੱਥੇ ਲੱਗਣਾ ਪੈਣਾ, ਉਸੇ ਪਿਓ ਨੂੰ ਆਪਦੀ ਘਰ ਵਾਲੀ ਦੇ ਮੱਥੇ ਲੱਗਣਾ ਪੈਣਾ। ਅੱਜ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਆ, ਇੱਕ ਦੂਜੇ ਨੂੰ ਭੰਡਿਆ ਜਾ ਰਿਹਾ, ਲੋਕ ਤਮਾਸ਼ਾ ਦੇਖ ਕੇ ਘਰੋਂ ਘਰੀ ਬੈਠ ਜਾਣਗੇ, ਵਾਹ ਵਾਹ ਕਰਕੇ ਕੋਈ ਮਾੜਾ ਕਮੈਂਟ ਕਰ ਦੂ, ਕੋਈ ਚੰਗਾ ਕਮੈਂਟ ਕਰ ਦੂਗਾ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਅੱਜ ਤੁਸੀਂ 5-7 ਲੱਖ ਰੁਪਇਆ, 10 ਲੱਖ ਰੁਪਇਆ ਇਕੱਠਾ ਹੋ ਜੂਗਾ, ਪਰ ਇੱਜ਼ਤ ਨਹੀਂ ਦੁਬਾਰੇ ਮਿਲਣੀਗੀ। ਇਹੀ ਲੋਕ ਕੱਲ ਨੂੰ ਤੁਹਾਡੇ ਮੂੰਹਾਂ ਤੇ ਹੱਸਣਗੇ ਕਿ ਇਹ ਉਹੀ ਕੁੜੀ ਆ ਜਿਹੜੀ ਆਪਦੇ ਪਿਓ ਤੇ ਇਲਜ਼ਾਮ ਲਾਉਂਦੀ ਸੀਗੀ, ਇਹ ਗੱਲ ਕਹਿਣਗੇ। ਇਹ ਉਹੀ ਬੰਦਾ ਜਿਹੜਾ ਆਪਦੀ ਘਰ ਵਾਲੀ ਨੂੰ ਜਿਹੜਾ ਕਰੈਕਟਰਲੈਸ ਦੱਸਦਾ ਸੀਗਾ ਜੀ। ਇਹ ਲੋਕਾਂ ਨੇ ਮਜ਼ਾਕ ਬਣਾਉਣਾ, ਤਮਾਸ਼ਾ ਲੋਕਾਂ ਨੇ ਬਣਾਉਣਾ, ਕੱਲ ਨੂੰ ਇਹ ਗੱਲਾਂ ਦੇਣੀਆਂ ਆਉਂਦੀਆਂ ਗਈਆਂ। ਅੱਜ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਗਾ, ਜਿਵੇਂ ਸੋਸ਼ਲ ਮੀਡੀਆ ਨਚਾ ਰਿਹਾ ਬੰਦਾ ਉਵੇਂ ਉਹਦੇ ਜਿਹੜੇ ਬੱਸ ਦੇ ਵਿੱਚ ਆ ਕੇ ਨੱਚੀ ਜਾਂਦਾ। ਹੁਣ ਸੋਸ਼ਲ ਮੀਡੀਆ ਤੇ ਕੋਈ ਜਾਂਦਾ ਜਾ ਕੇ ਜਦੇ ਕੈਮਰਾ ਮੂੰਹ ਤੇ ਕਰ ਦਿੰਦਾ ਕੁੜੀ ਦੇ, ਉਧਰ ਜਾਂਦਾ ਕੋਈ ਜਾ ਕੇ ਪਿਓ ਦੇ ਮੂੰਹ ਤੇ ਕੈਮਰਾ ਕਰ ਦਿੰਦਾ। ਮਸਲਾ ਤਾਂ ਇਹੀ ਹੈ ਨਾ ਕਿ ਆਪੇ ਬਣੇ ਪੱਤਰਕਾਰ ਬਹੁਤ ਨੇ ਨਾ ਇੱਥੇ, ਜਿਹੜੇ ਜਿਹਦੇ ਕੋਲੇ ਮੋਬਾਈਲ ਆ ਤੇ ਉਹ ਕਹਿੰਦਾ ਕਿ ਮੈਨੂੰ ਸਾਰੀ ਜੇਲ ਖਤਮ ਹੋ ਗਈ। ਵੀ ਪਹਿਲਾਂ ਤਾਂ ਇਹ ਹੁੰਦਾ ਸੀਗਾ ਕੋਈ ਘਟਨਾ ਵਾਪਰਦੀ, ਕਿਸੇ ਨੇ ਕੋਈ ਘਟਨਾ ਨੂੰ ਅੰਜਾਮ ਦਿੱਤਾ ਤੇ ਪੱਤਰਕਾਰ ਦਾ ਫਰਜ਼ ਹੁੰਦਾ ਸੀ ਕਿ ਅਪਰਾਧੀ ਦਾ ਬਿਆਨ ਵੀ, ਦੂਜੇ ਪੁਲਿਸ ਦਾ ਵੀ, ਜਿੱਥੇ ਘਟਨਾ ਵਾਪਰੀ ਸਾਰੀਆਂ ਸਥਿਤੀਆਂ ਦਿਖਾਉਂਦਾ ਸੀ ਕਿ ਲੋਕ ਆਪ ਨਿਰਣਾ ਕਰਨ ਕਿ ਸਹੀ ਕਿਹੜਾ ਤੇ ਗਲਤ ਕਿਹੜਾ। ਪਰ ਹੁਣ ਤਾਂ ਅਸੀਂ ਆਪ ਹੀ ਹੋ ਗਏ ਕਿ ਅਸੀਂ ਸਜ਼ਾ ਸੁਣਾਵਾਂਗੇ, ਅਸੀਂ ਪਹਿਲਾਂ ਹੀ ਜਾ ਕੇ ਅਗਲੇ ਦਾ ਪੱਖ ਰੱਖ ਦਿੰਦੇ ਹਾਂ ਤੇ ਦੂਜੇ ਪਾਸੇ ਫਿਰ ਦੂਜਾ ਪੱਖ ਸੁਣਿਆ ਨਹੀਂ ਹੁੰਦਾ, ਅਗਲੇ ਦਿਨ ਰੌਲਾ ਹੋਰ ਪੈ ਜਾਂਦਾ। ਇਹੀ ਵੱਡਾ ਕਾਰਨ ਹੈ ਨਾ, ਦੇਖੋ ਮੈਂ ਵਾਰ ਵਾਰ ਉਹੀ ਗੱਲਾਂ ਰਿਪੀਟ ਹੁੰਦੀਆਂ ਕਿ ਵੀ ਅਧੂਰੀ ਜਾਣਕਾਰੀ ਸਭ ਤੋਂ ਖਤਰਨਾਕ ਆ। ਇੱਕ ਐਕਸਪੀਰੀਅੰਸ ਬੰਦਾ ਤੇ ਇੱਕ ਆਮ ਉੱਠ ਕੇ ਪੈਰਾਸ਼ੂਟ ਦੇ ਨਾਲ ਕਹਿ ਦਈਏ ਉਤਰਿਆ ਹੋਇਆ ਬੰਦਾ ਜੀ, ਤੁਸੀਂ, ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹੂੰਗਾ, ਇੱਕ ਬੰਦਾ ਜਿਹਨੂੰ ਤਾਂ ਗੱਡੀ ਆਉਂਦੀ ਆ, ਤਜਰਬਾ ਹੈਗਾ, ਉਹਨੂੰ ਗੱਡੀ ਫੜਾ ਦਿਓ, ਸਹੀ ਚਲਾਊਗਾ। ਇੱਕ ਬੰਦੇ ਨੂੰ ਤੁਸੀਂ ਠਾਓ, ਮੈਂ ਤੁਹਾਨੂੰ ਕਹਾਂ ਭਗਤਾ ਜੀ ਤੁਹਾਨੂੰ ਗੱਡੀ ਨਹੀਂ ਆਉਂਦੀ, ਤੁਹਾਨੂੰ ਸਟੇਰਿੰਗ, ਸਿੱਧਾ ਸਟੇਰਿੰਗ ਫੜਾ ਦਾਂ, ਤੇ ਜੀ ਟੀ ਰੋਡ ਤੇ ਉੱਤੇ ਤੁਹਾਨੂੰ ਕਹਾਂ ਗੱਡੀ ਚਲਾਓ, ਭਗਤਾ ਜੀ ਕੀ ਕਰੋਗੇ? ਭਗਤਾ ਜੀ ਕਿਸੇ ਨਾ ਕਿਸੇ ਠੋਕ ਦੇਣਗੇ, ਨਾਲੇ ਆਪ ਮਰਨਗੇ, ਨਾਲੇ ਗਾਂਹ ਵਾਲੇ ਨੂੰ ਮਾਰਨਗੇ। ਤੇ ਬਿਨਾਂ ਸਿੱਖੇ ਸਿਖਾਏ ਜਦੋਂ ਬਿਨਾਂ ਚੀਜ਼ਾਂ ਤੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਫਿਰ ਉਦੋਂ ਨੁਕਸਾਨ ਤਾਂ ਭਗਤਾ ਜੀ ਹੁੰਦੇ ਆ। ਇਹਦੇ ਵਿੱਚ ਮੈਂ ਸਮਝੂਗਾ ਕਿ ਜੇ ਨਾ ਤਾਂ ਉਹ ਕੁੜੀ ਜ਼ਿੰਮੇਦਾਰ ਆ, ਨਾ ਪਿਓ ਜ਼ਿੰਮੇਦਾਰ ਆ, ਪਰਿਵਾਰ ਦਾ ਤੋਂ ਵੱਧ ਕਸੂਰ ਸਾਡੇ ਸੋਸ਼ਲ ਮੀਡੀਆ ਦਾ। ਅੱਜ ਸਾਡਾ ਸੋਸ਼ਲ ਮੀਡੀਆ ਦੇ ਵਿੱਚ ਲੋਕ ਇੰਨੇ ਜ਼ਿਆਦਾ ਧਾ ਚੁੱਕੇ ਆ, ਸੋਸ਼ਲ ਮੀਡੀਆ ਨੂੰ ਜੱਜ ਮੰਨ ਲਿਆ, ਸੋਸ਼ਲ ਮੀਡੀਆ ਨੂੰ ਥਾਣੇ ਮੰਨ ਲਏ, ਸੋਸ਼ਲ ਮੀਡੀਆ ਨੂੰ ਹੀ ਸਾਰਾ ਕੁਝ ਮੰਨੀ ਬੈਠਿਆ। ਜੋ ਫੈਸਲਾ ਸੋਸ਼ਲ ਮੀਡੀਆ ਦੇ ਉੱਤੇ ਦੇ ਤਾ, ਲੋਕ ਉਹਨੂੰ ਸੱਚ ਮੰਨ ਲੈਂਦੇ ਆ। ਜੇ ਕਿਸੇ ਨੂੰ ਗਦਾਰ ਕਹਿਤਾ ਤਾਂ ਉਹਨੂੰ ਗਦਾਰ ਮੰਨ ਲੈਂਦੇ ਆ, ਜੇ ਕਿਸੇ ਨੂੰ ਕਹਿਤਾ ਇਹ ਤਾਂ ਜੀ ਬਹੁਤ ਚੰਗਾ ਬੰਦਾ, ਇਹ ਤਾਂ ਬਹੁਤ ਤਕੜਾ ਸਮਾਜ ਸੇਵੀ ਹੈ ਜੀ, ਇਹਦਾ ਉਹਨੂੰ ਸਮਾਜ ਸੇਵੀ ਮੰਨ ਲੈਂਦੇ ਆ। ਲੋਕ ਅੰਨੇ ਭਗਤ ਹੋ ਗਏ ਯਾਰ ਸੋਸ਼ਲ ਮੀਡੀਆ ਦੇ ਪਿੱਛੇ ਲਾ ਕੇ, ਆਪਣਾ ਦਿਮਾਗ ਹੀ ਵਰਤਣਾ ਛੱਡ ਗਏ। ਜਿਵੇਂ ਸਾਨੂੰ ਉਹ ਕੁਝ ਚੰਦ ਲੋਕ ਆ, ਕੁਝ ਚੰਦ ਲੋਕ ਆਈਟੀ ਸੈੱਲ ਚਲਾ ਰਹੇ ਨੇ, ਘਰਾਂ 'ਚ ਬੈਠੇ ਉਹ ਪੇਜ ਚਲਾ ਰਹੇ ਆ, ਜਿਵੇਂ ਉਹ ਸਾਨੂੰ ਦਿਖਾਉਣਾ ਚਾਹੁੰਦੇ ਆ, ਜਿਵੇਂ ਉਹ ਸਾਡੇ ਦਿਮਾਗਾਂ ਦੇ ਨਾਲ ਖੇਡਣਾ ਚਾਹੁੰਦੇ ਆ, ਅਸੀਂ ਉਵੇਂ ਉਹਨਾਂ ਨੂੰ ਖੇਡਣ ਦੇ ਰਹੇ ਹਾਂ। ਸਾਡੀ ਆਪਦੀ ਸੁੱਜੀ ਬੁੱਝੀ ਕਿੱਥੇ ਗਈ ਯਾਰ? ਅਸੀਂ ਇੰਨਾ ਪੜ੍ਹੇ ਲਿਖੇ, ਅਸੀਂ ਇੰਨਾ ਗਿਆਨ ਕੀਤਾ, 12-12 ਪੜ੍ਹ ਲਈਆਂ, BA ਤੱਕ ਕਰ ਲਈਆਂ, ਗ੍ਰੈਜੂਏਸ਼ਨਾਂ, ਪੋਸਟ ਗ੍ਰੈਜੂਏਸ਼ਨਾਂ ਤੱਕ ਕਰੀ
ਕਰੀ ਬੈਠੇ ਆ, ਲੋਕ ਫਿਰ ਵੀ ਸਮਝ ਨਹੀਂ ਆ ਰਹੀ ਸੋਸ਼ਲ ਮੀਡੀਆ ਦੇ ਮਗਰ ਕਿਉਂ ਇੰਨਾ ਜ਼ਿਆਦਾ ਕਮਲੇ ਹੋਏ ਬੈਠੇ ਆ, ਕੀ ਆ ਸੋਸ਼ਲ ਮੀਡੀਆ ਤੋਂ ਬਾਹਰ ਦੇਖ ਹੀ ਕੁਛ ਨਹੀਂ ਰਿਹਾ, ਅਸਲ ਸੱਚਾਈ ਵੱਲ ਧਿਆਨ ਹੀ ਨਹੀਂ ਜਾ ਰਿਹਾ ਕਿਸੇ ਦਾ, ਮੁੱਦਾ ਹੈ ਹੀ ਨਹੀਂ ਸੀ ਇਹ। ਬਿਲਕੁਲ, ਸਿਆਣੇ ਹੋਣਾ ਪੈਣਾ ਲੋਕਾਂ ਨੂੰ, ਇਸ ਬਾਰੇ ਸਮਝਣਾ ਪੈਣਾ ਕਿ ਜਿਹੜੀ ਆਈਆਂ ਸੋਸ਼ਲ ਮੀਡੀਆ 'ਤੇ ਆਈਆਂ ਖਬਰਾਂ ਉਹਨੂੰ ਅਸੀਂ ਧਿਆਨ ਨਾਲ ਦੇਖੀਏ, ਪਰਖੀਏ, ਫਿਰ ਅਸੀਂ ਆਪਣਾ ਫੈਸਲਾ ਲਈਏ। ਇਹ ਨਹੀਂ ਕਿ ਮਾੜੀ ਜਿਹੀ ਦੇਖੀ ਹਾਈਲਾਈਟ ਜੇ ਅਤੇ ਨਾਲ ਦੀ ਨਾਲ ਕਮੈਂਟ ਪਾਤਾ ਕਿ ਆਹ ਗਲਤ ਆ ਅਤੇ ਆਹ ਸਹੀ ਹੈ। ਜੀ ਜੀ।